ਅਸਲਾਮੁਆਲਿਕ ਮੇਰੇ ਕਾਸ਼ਤਕਰ ਵੀਰੋ ਕੀ ਹਾਲ ਹੈਨ ਤੁਹਾਡੇ ਉਮੀਦ ਕਰਨਾ ਕਿ ਤੁਸੀਂ ਠੀਕ ਹੋ ਸੋ ਅਲhamdulillah ਅੱਲਾ ਦਾ ਸ਼ੁਕਰ ਹੈ ਮੈਂ ਵੀ ਠੀਕ ਆ ਅੱਛਾ ਜੀ ਅੱਜ ਦੀ ਵੀਡੀਓ ਹੈ ਕਣਕ ਦੇ ਬੀਜ ਦੇ ਉੱਤੇ ਜ਼ਹਰ ਲਾਉਣ ਦਾ ਤਰੀਕਾਕਾਰ ਔਰ ਜਿਹੜਾ ਅਸੀਂ ਦਵਾਈ ਲੈਨੇ ਆ ਉਹਦਾ ਕੀ ਫਾਇਦਾ ਹੈ ਦਵਾਈ ਲਾਣੀ ਚਾਹੀਦੀ ਹੈ ਕਣਕ ਦੇ ਬੀਜ ਨੂੰ ਜਾਂ ਨਹੀਂ ਲਾਣੀ ਚਾਹੀਦੀ ਇਹ ਕਿਹੜੇ ਤਰੀਕੇ ਨਾਲ ਅਸੀਂ ਉਹਨੂੰ ਦਵਾਈ ਲਈਏ ਤਾਂ ਕਿ ਕਿਉਂਕਿ ਬੀਜ ਕਾਫੀ ਜ਼ਿਆਦਾ ਹੁੰਦਾ ਤੇ ਇਸ ਵਾਸਤੇ ਉਹ ਕਿਹੜਾ ਤਰੀਕਾ ਜਿਹੜਾ ਨਾਲ ਸਾਨੂੰ ਆਸਾਨੀ ਨਾਲ ਸਾਰੇ ਬੀਤੇ ਦਵਾਈ ਲੱਗ ਜਾਵੇ ਇਸ ਬਾਰੇ ਮੈਂ ਅੱਜ ਤੁਹਾਡੇ ਨਾਲ ਡਿਟੇਲ ਨਾਲ ਗੱਲ ਕਰਨਾ ਤੁਹਾਨੂੰ ਦੱਸੈਣਾ ਕਿ ਉਹਦਾ ਫਾਇਦਾ ਕੀ ਹੈ ਜ਼ਹਿਰ ਲਾਉਣ ਦਾ ਔਰ ਜ਼ਹਿਰ ਸਾਨੂੰ ਲਾਣੀ ਚਾਹੀਦੀ ਹੈ ਜਾਂ ਨਹੀਂ ਲਾਣੀ ਚਾਹੀਦੀ ਵੀਡੀਓ ਤੁਸੀਂ ਮੁਕੰਮਲ ਵੇਖਣੀ ਹੈ ਇਨਸ਼ਾਅੱਲਾ ਤੁਹਾਡੇ ਨਾਲ ਸਾਰੇ ਗੱਲ ਤੁਹਾਨੂੰ ਦੱਸੈਣਾ ਤੁਹਾਨੂੰ ਸਮਝਾਉਣਾ ਕਿ ਉਹਦਾ ਕੀ ਫਾਇਦਾ ਹੈ ਦਵਾਈ ਲਾਉਣ ਦਾ ਜ਼ਹਿਰ ਲਾਉਣ ਦਾ ਤੇ ਇਸ ਬਾਰੇ ਮੈਂ ਤੁਹਾਡੇ ਨਾਲ ਡਿਟੇਲ ਨਾਲ ਗੱਲ ਕਰੈਣਾ ਪ੍ਰੀਵ ਸ਼ੁਰੂ ਕਰਨ ਤੋਂ ਪਹਿਲੇ ਜਿੰਨੇ ਮਹੀਨੇ ਮੈਂ ਬਿਰਾ ਮੇਰੇ ਇਸ ਚੈਨਲ ਤੇ ਮੌਜੂਦ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੈਲ ਦਾ ਬਟਨ ਹੈ ਉਸ ਤੇ ਕਲਿੱਕ ਕਰੋ ਤਾਂ ਕਿ ਹਰ ਆਉਣ ਵਾਲੀ ਜ਼ਰਈ ਮਾਲੂਮਾਤੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਔਰ ਤੁਸੀਂ ਮੇਰੀ ਹਰ ਵੀਡੀਓ ਵੇਖ ਕੇ ਉਸ ਦਾ ਫਾਇਦਾ ਹਾਸਿਲ ਕਰ ਸੰਗੋ ਔਰ ਜਿਸ ਤਰੀਕੇ ਮੈਂ ਫਸਲਾਂ ਦੀ ਪੈਦਾਵਾਰ ਲਾ ਰਿਹਾ ਹਾਂ ਆਪਣੇ ਤਜਰਬੇ ਦੀ ਬਿਨਾ ਤੇ ਉਸੇ ਤਰੀਕੇ ਤੁਸੀਂ ਮੇਰੇ ਤਜਰਬੇ ਦੀ ਬਿਨਾ ਦੇ ਤੁਸੀਂ ਆਧ ਫਸਲਾਂ ਦੀ ਪੈਦਾਵਾਰ ਵਿੱਚ ਇਜ਼ਾਫਾ ਕਰ ਸਕਦੇ ਨੇ ਤੇ ਹੁਣ ਮੈਂ ਤੁਹਾਨੂੰ ਦੱਸਣਾ ਕਿ ਦਵਾਈ ਜਿਹੜੀ ਹੈ ਜ਼ਹਿਰ ਜਿਹੜੀ ਹੈ ਕਿਉਂ ਕਣਕ ਦੀ ਹੁਣ ਇਸ ਵਕਤ ਕਾਸ਼ਤ ਸ਼ੁਰੂ ਹੋਏ ਕਿਉਂਕਿ ਇਹ ਪਿਛਲੇ ਪਿਛਲੇ 2 ਦਿਨ ਤੋਂ ਪੂਰੇ ਪਾਕਿਸਤਾਨ ਦੇ ਅੰਦਰ ਹਰ ਇਲਾਕੇ ਦੇ ਵਿੱਚ ਤਕਰੀਬਨ ਜਿਹੜੀ ਹੈ ਨਾ ਕਣਕ ਦੀ ਕਾਸ਼ਤ ਦਾ ਆਗਾਜ਼ ਹੋ ਗਿਆ ਕਣਕ ਦੀ ਕਾਸ਼ਤ ਹੁੰਦੀ ਪਈ ਹੈ ਕੋਈ ਡ੍ਰਿਲ ਨਾਲ ਕਰਦਾ ਪਿਆ ਕੋਈ ਛੱਟਾ ਕੋਈ ਗੱਪ ਸ਼ਟ ਜਿਸ ਤਰੀਕੇ ਵੀ مختلف ਇਲਾਕਿਆਂ ਦੇ ਵਿੱਚ ਜਿਹੜਾ ਹੈ ਨਾ ਕਣਕ ਦੀ ਕਾਸ਼ਤ ਦਾ ਇਹ ਜਿਹੜਾ ਹੈ ਉਹ ਅਮਲ ਸ਼ੁਰੂ ਹੋ ਚੁੱਕਿਆ ਤੇ ذہری گل ਹਰ ਬੰਦੇ ਜਿਹੜੇ ਕਾਸ਼ਤਕਾਰ ਮੇਰੇ ਵੀਰਾਂ ਨੂੰ ਨਾ ਕਾਸ਼ਤ ذہری گل ਕਣਕ ਕਰਨੀ ਤੇ ਜ਼ਹਿਰ ਜਿਹੜੀ ਹੈ ਉਹ ਵੀ ਨੂੰ ਲਾਣੀ ਚਾਹੀਦੀ ਹੈ ਜਾਂ ਨਹੀਂ ਲਾਣੀ ਚਾਹੀਦੀ ਦੇਖੋ ਜੀ ਬਹੁਤ ਸਾਰੇ ਮੇਰੇ ਵਿਰਾਜ ਜਿਹੜੇ ਡੇਢ ਸਾਰੇ ਉਹ ਜ਼ਹਿਰ ਕੋਈ ਵੀ ਨਹੀਂ ਲੈਂਦੇ ਐਵੇਂ ਛੱਟਾ ਕਰ ਦਿੰਦੇ ਨੇ ਜ਼ਹਿਰ ਕੋਈ ਨਹੀਂ ਲੈਂਦੇ ਲੇਕਿਨ ਜ਼ਹਿਰ ਲਾਉਣ ਦਾ ਫਾਇਦਾ ਇਹ ਹੈ ਕਿ ਅਸੀਂ ਅਗਰ ਜ਼ਹਿਰ ਲੈਨੇ ਆ ਤੇ ਜਿਹੜੀਆਂ ਬੀਜ ਦੇ ਉਗਦੇ ਸਾਰ ਬਿਮਾਰੀਆਂ ਆਉਂਦੀਆਂ ਜਾਂ ਬੀਜ ਦੇ ਉਗਾਓ ਦੇ ਵਿੱਚ ਜਿਹੜੇ ਕਮੀ ਆਉਂਦੀ ਏ ਜਾਂ ਬਾਹ ਦੇ ਜਿਹੜਾ ਤੇਲੇ ਦਾ ਅਟੈਕ ਹੁੰਦਾ ਇਹਨਾਂ ਬਿਮਾਰੀਆਂ ਤੋਂ ਮਫੂਜ਼ ਰਹਿ ਜਾਂਦੀ ਕਣਕ ਕਿਉਂਕਿ ਉਹ ਜ਼ਹਿਰ ਲੱਗੀ ਹੁੰਦੀ ਹੈ ਉਸ ਵਕਤ ਕੋਈ ਕੀੜਾ ਉਸ ਨੂੰ ਕੁਝ ਵੀ ਨਹੀਂ ਆਂਦਾ ਔਰ ਜਿਹੜਾ ਦਾ ਉਗਾਓ ਦਾ ਅਮਾਲ ਉਹ ਵੀ ਨਹੀਂ متاثر ਹੁੰਦਾ ਉਗਾਓ ਜਿਹੜਾ ਹੈ ਉਹ ਮਤਲਬ ਸਹੀ ਹੁੰਦਾ ਕੁਝ ਵੀਰਾ ਮੇਰੇ ਨਹੀਂ ਵੀ ਲੈਂਦੇ ਜ਼ਹਿਰ ਜ਼ਿਆਦਾਤਰ ਮੈਂ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਹਨ ਉਹ ਬਿਲਕੁਲ ਹੀ ਜਿਹੜਾ ਜ਼ਹਿਰ ਦਾ ਇਸਤੇਮਾਲ ਨਹੀਂ ਕਰਦੇ لیکن بہترین طریقہ کار ہے کہ ਜ਼ਿਆਦਾ استعمال ਕਰਨਾ ਚਾਹੀਦਾ ਹੈ ਕਿਸੇ ਵੀ ਕੰਪਨੀ ਦੀ ਤੁਸੀਂ ਲੈ ਸਕਦੇ ਨੇ ਬੀਜ ਦੀ ਤਲਾਵਣ ਵਾਸਤੇ ਜਿਹੜੀ ਜ਼ਹਿਰ ਹੁੰਦੀ ਕਿਉਂਕਿ ਹਰ ਹਰ ਬੰਦਾ ਹਰ ਫਸਲ ਨੂੰ ਜਿਹੜਾ ਹੈ ਮੱਕੀ ਵਗੈਰਾ ਜਾਂ ਬਾਕੀ ਜਿਹੜੀਆਂ ਫਸਲ ਆਉਂਦੀਆਂ ਨੇ ਉਹਨੂੰ ਵੀ ਤੇ ਅਸੀਂ ਜ਼ਹਿਰ ਲੈਨੇ ਆ ਤਾਂ ਕਿ ਜਿਹੜਾ ਹੈ ਉਹ ਗਲੇ ਨਹੀਂ ਬੀਜ ਔਰ ਉਹਨੂੰ ਜਿਹੜਾ ਪਹਿਲੇ ਕੋਈ ਕੀੜੇ ਦਾ ਅਟੈਕ ਹੁੰਦਾ ਉਹ ਵੀ ਨਾ ਹੋਵੇ ਕੋਈ ਵੀ ਜਿਹੜਾ ਹੈ ਉਹ متاثر ਨਾ ਹੋਵੇ ਤੇ ਇਹਦਾ ਵੀ ਇਹੋ ਫਾਇਦਾ ਹੈ ਕਿ ਅਗਰ ਅਸੀਂ ਕਣਕ ਦੇ ਬੀਜ ਨੂੰ ਜ਼ਹਿਰ ਲਾ ਲੈਨੇ ਆ ਤੇ ਉਹਦਾ ਜਿਹੜਾ ਉਗਾਉ ਦਾ ਮਾਲ ਹੈ ਉਹ ਵੀ ਠੀਕ ਹੋ ਸੀ ਦੂਸਰੇ ਨੰਬਰ ਤੇ ਇੱਕ ਕੋਈ ਕੀੜਾ ਪਤੰਗਾ ਜਿਹੜਾ ਹੈ ਉਹ ਵੀ ਨਾ ਉਹਨੂੰ ਲੱਗ ਸੀ ਤੀਸਰੇ ਨੰਬਰ ਤੇ ਇੱਕ ਤੇਲੇ ਤੋਂ ਵੀ ਦੂਸਰੇ ਬਾਕੀ ਦੀ ਨਿਸ਼ਬਤ ਉਹ ਕਾਫੀ ਮਫੂਜ਼ ਰਾਜਾ ਸੀ ਜ਼ਹਿਰ ਲਾਉਣ ਦਾ ਤੇ ਇਹ ਫਾਇਦਾ ਦੂਸਰੇ ਨੰਬਰ ਤੇ ਇਹ ਕਿ ਤੁਸੀਂ ਜ਼ਹਿਰ ਕਿਹੜੇ ਤਰੀਕੇ ਨਾਲ ਲਾਣੀ ਚਾਹੀਦੀ ਹੈ ਦੇਖੋ ਜੀ ਥੰਬਨੇਲ ਤੇ ਵੀ ਤੁਸੀਂ ਮੇਰੇ ਵੇਖਿਆ ਹੋਣਾ ਕਿ ਤੁਸੀਂ ਇੱਕ ਛਾਪਰ ਲੈ ਸਕਦੇ ਨੇ ਤੁਸੀਂ ਇੱਕ ਜਿਸ ਨੂੰ ਆਪਾਂ 66 ਟਨ ਆ ਨਾ ਉਹਨੂੰ ਖਿਲਾਰਦੇ ਉਹਦੇ ਤੇ ਅਗਰ ਤੁਸੀਂ 1 ਕਿੱਲੇ ਦਾ ਵੀ 50 ਕਿਲੋ ਵੀ ਤੁਸੀਂ ਛੱਡ ਦਿੰਦੇ ਨੇ ਫਿਰ ਜਿਹੜੀ ਬੋਤਲ ਵਿੱਚ ਹੁੰਦੀ ਹੈ ਦਵਾਈ ਤੁਸੀਂ ਇੱਕ ਵੱਡੀ ਬੋਤਲ ਨਾਲ ਲੈ ਲੈਂਦੇ ਨੇ ਪੈਪਸੀ ਦੀ ਜਾਂ ਸਵਨਫੁੱਦੀ ਜਾਂ ਜੋ ਵੀ ਹੈ ਵੱਡੀ 1.5 ਲੀਟਰ ਵਾਲੀ ਬੋਤਲ ਲੈ ਲੈਂਦੇ ਨੇ ਉਹਦੇ ਵਿੱਚ ਪਾਣੀ ਪਾ ਲੈਂਦੇ ਨੇ ਨਾਲ ਦਵਾਈ ਵੀ ਪਾ ਲੈਂਦੇ ਨੇ ਢੱਕਣ ਨੂੰ ਹਲਕਾ ਜਿਹਾ ਸੁਰਾਖ ਕਰ ਲੈਣਾ ਸੁਰਾਖ ਕਰਕੇ ਤੇ ਪੂਰੇ ਵੀਰ ਉੱਤੇ ਨਾ ਉਹਦਾ ਛਿੜਕਾਉ ਕਰ ਦੇਣਾ ਛਿੜਕਾਉ ਵੀ ਕਰਦੇ ਜਾਣਾ ਦੂਸਰੇ ਹੱਥ ਨਾਲ ਜਿਹੜਾ ਨੂੰ ਉਹਨੂੰ ਜਿਹੜਾ ਅਮਲ ਦੇ ਰਹਿਣਾ ਕੋਸ਼ਿਸ਼ ਕਰਨੀ ਕਿ ਦਸਤਾਨੇ ਪਾ ਲੇਕਿਨ ਨਹੀਂ ਵੀ ਪਾਏ ਜਾਂਦੇ ਦਸਤਾਨੇ ਅਸੀਂ ਮੇਰੇ ਜਿਹੜੇ ਕੁਝ ਪਿਛਾ ਬਮਾ ਮੇਰੇ ਅਸੀਂ ਕੋਈ ਨਹੀਂ ਦਸਤਾਨੇ ਵੀ ਨਹੀਂ ਪਹਿਨੇ ਐਵੇਂ ਹੀ ਹੱਥ ਮਾਰਨੇ ਸ਼ੁਰੂ ਕਰ ਦਿੰਦੇ ਨੇ ਬਾਕੀ ਵੀ ਅਸੀਂ ਕਪਾਵਾ ਤੇ ਜਾਂ ਬਾਕੀ ਵੀ ਸਪਰੇਮਾ ਕਰਦੇ ਹਾਂ ਕੋਈ ਇਤਨੇ ਤੇ ਹੱਥ ਨਹੀਂ ਕਰਦੇ ਲੇਕਿਨ ਬਹਰਾਲ احتیاط ਕਰਨੀ ਚਾਹੀਦੀ ਹੈ ਕਿਉਂਕਿ ਜ਼ਹਿਰ ਜ਼ਹਿਰੀ ਹੁੰਦਾ ਉਸ ਤਰੀਕੇ ਤੁਸੀਂ ਜਿਹੜਾ ਹੈ ਉਸ ਬੀਜ ਉੱਤੇ ਆਪਣਾ ਲਾ ਕੇ ਜ਼ਹਿਰ ਉਹਦਾ ਛਰਕਾਓ ਕਰਕੇ ਉਹਨੂੰ ਤੁਸੀਂ ਦੁਬਾਰਾ ਹਲਾ ਕੇ ਫਿਰ ਦੁਬਾਰੇ ਉੱਤੇ ਉਹਦੀ ਸਾਰੀ ਬੋਤਲ ਜਿਹੜੀ ਹੈ ਖਤਮ ਹੋ ਜਸੇ ਛਰਕਾਓ ਕਰ ਲੈਣਾ ਫਿਰ ਦੋ ਵਾਂਹ ਸਾਈਡਾਂ ਤੋਂ ਫਾਤੇ ਉਹਨੂੰ ਮਿਕਸ ਕਰ ਲੈਣਾ ਤਾਂ ਕਿ ਜਿਹੜੀ ਜ਼ਹਿਰ ਹੈ ਉਹ ਸਾਰੇ ਦਾਣਿਆਂ ਤੇ ਲੱਗ ਜਾਵੇ ਫਿਰ ਉਹਨੂੰ ਤੁਸੀਂ ਕੁਝ ਦੇਰ ਵਾਸਤੇ ਉਹਨੂੰ ਖਿਲਾਰ ਕੇ ਰੱਖ ਦੇਣਾ ਤਾਂ ਕਿ ਜਿਹੜੀ ਜ਼ਹਿਰ ਹੈ ਉੱਤੇ ਸੁੱਕ ਹੋ ਜਾਵੇ ਜਿਸ ਟਾਈਮ ਤੇ ਸੁੱਕ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣਾ ਕੇਰਾ ਕਰਨਾ ਤਾਂ ਛੱਟਾ ਕਰਨਾ ਤਾਂ ਜੋ ਤੁਹਾਨੂੰ ਸਮਝ ਵਿੱਚ ਆਵੇ ਜਾਂ ਜੋ ਤੁਹਾਡਾ ਤਰੀਕਾਕਾਰ ਉਸ ਤਰੀਕੇ ਤੁਸੀਂ ਉਹਨੂੰ ਕਾਸ਼ਤ ਕਰ ਲੋ ਬਿਹਤਰੀਨ ਤਰੀਕਾਕਾਰ ਹੈ ਕਿ ਬੀਜ ਨੂੰ ਜ਼ਹਿਰ ਹਮੇਸ਼ਾ ਲਾਣਾ ਚਾਹੀਦਾ ਮੈਂ ਵੀ ਲੈਂਦਾ ਹਾਂ ਔਰ ਮੈਂ ਤੁਹਾਨੂੰ ਵੀ ਉਹ مشورہ ਦੇ ਦਸਾਂ ਕਿ ਬੀਜ ਨੂੰ ਕਣਕ ਦੇ ਬੀਜ ਨੂੰ ਬਿਲਕੁਲ ਜ਼ਹਿਰ ਲਾਇਆ ਕਰੋ ਤਾਂ ਕਿ ਜਿਹੜਾ ਹੈ ਨਾ ਆਪਣਾ ਆਪਣਾ ਉਗਾ ਉਹ ਦਾਮਲੇ ਜਾਂ ਬਾਕੀ ਵੀ ਜੋ ਕੀੜਾ ਜਾਂ ਹਮਲਾ ਹੁੰਦਾ ਹੈ ਜਾਂ ਤੇਲੇ ਦਾ ਹਮਲਾ ਉਹ ਤੋਂ ਸਾਡੀ ਫਸਲ ਜਿਹੜੀ ਹੈ ਉਹ محفوظ ਰਹਿ ਜਾਂਦੀ ਹੈ ਇਹ ਮੇਰੀ ਆਈ ਦੀ ਵੀਡੀਓ ਹੈ ਮੇਰਾ ਪੈਗਾਮ ਆ ਉਮੀਦ ਕਰਨਾ ਕਿ ਮੇਰੀ ਇਹ ਗੱਲ ਮੇਰੀ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚੇ ਅਗਰ ਇਹ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚੇ ਮੇਰੀ ਇਸ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਹੋ ਔਰ ਕਮੈਂਟ ਬਾਕਸ ਚ ਜਾ ਕੇ ਆਪਣੀ ਰਾਏ ਦਾ ਇਜ਼ਹਰ ਮੈਨੂੰ ਜ਼ਰੂਰ ਕਰਿਆ ਤੇ ਆਪਾਂ ਇਨਸ਼ਾਅੱਲਾ ਮਿਲਦੇ ਹਾਂ ਕਿਸੇ ਤਰ੍ਹਾਂ ਦੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਅੱਲਾ